ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਨਾਮ ਕੀ ਆਪਣਾ ਜੀ? ਜੀ ਮੇਰਾ ਸੁਖਵਿੰਦਰ ਕੌਰ। ਹਾਂਜੀ ਸੁਖਵਿੰਦਰ ਕੌਰ। ਸੁਖਵਿੰਦਰ ਕੌਰ, ਪਿੰਡ ਕਿਹੜਾ ਆ? ਮਜਾਰਾ ਡਿੰਗਰੀ। ਮਜਾਰਾ ਡਿੰਗਰੀਆਂ। ਹਾਂਜੀ। ਅਤੇ ਤੁਸੀਂ ਨਾ ਆਪਣਾ ਇਲਾਜ ਕਰਵਾਇਆ ਸੀਗਾ ਰੀੜ੍ਹ ਦੀ ਹੱਡੀ ਦਾ। ਹਾਂਜੀ। ਅਤੇ ਜੋ ਵੀ ਤੁਹਾਨੂੰ ਪ੍ਰੋਬਲਮ ਸੀਗੀ, ਜੋ ਤਕਲੀਫ ਸੀ, ਜਿਹੜਾ ਇਲਾਜ ਕਰਵਾਇਆ, ਵੀ ਤੁਸੀਂ ਠੀਕ ਹੋਇਆ, ਦੱਸੋ ਵੀ ਕੀ ਪ੍ਰੋਬਲਮ ਸੀ ਪਹਿਲੇ ਦਿਨ ਆਏ ਸੀ? ਸਰ ਮੈਨੂੰ ਡਿਸਕ ਦੀ ਪ੍ਰੋਬਲਮ ਸੀ ਮਣਕਿਆਂ ਦੀ। ਠੀਕ ਹੈ ਜੀ। ਮੈਂ ਤਾਂ ਝੁਕ ਵੀ ਨਹੀਂ ਹੁੰਦਾ ਸੀ, ਬਹੁਤ ਔਖਾ ਸੀ ਮੇਰੇ ਲਈ। ਹੁਣ ਮੈਂ ਸਰ ਹੁਣਾਂ ਕੋਲ ਇੱਥੇ ਬ੍ਰਾਹਮ ਹੋਸਪਿਟਲ ਮਹਾਰਾਜਾ ਹੋਸਪਿਟਲ ਤੋਂ ਆਪਣਾ ਇਲਾਜ ਕਰਵਾਇਆ। ਡਾਕਟਰ ਸਾਹਿਬ ਹੁਣੀ ਬਹੁਤ ਵਧੀਆ ਇਲਾਜ ਕੀਤਾ ਮੇਰਾ। ਹੁਣ ਮੈਂ ਬਿਲਕੁਲ ਫਿੱਟ ਫਾਟ ਐਨ ਠੀਕ ਠਾਕ ਹਾਂ। ਠੀਕ ਹੈ। ਹੁਣ ਮੈਂ ਝੁਕ ਵੀ ਸਕਦੀ ਹਾਂ, ਪੂਰਾ ਕੰਮ ਵੀ ਕਰ ਸਕਦੀ ਹਾਂ। ਪੈਰਾਂ ਭਾਰ ਨਹੀਂ ਬੈਠ ਹੁੰਦਾ ਸੀ, ਹੁਣ ਪੈਰਾਂ ਭਾਰ ਵੀ ਮੇਰੇ ਤੋਂ ਬੈਠ ਹੋ ਜਾਂਦਾ ਹੈ। ਠੀਕ ਹੈ। ਹੁਣ ਮੈਂ ਬਿਲਕੁਲ ਐਨ ਠੀਕ ਠਾਕ ਹਾਂ। ਕੰਮ ਕਰ ਲੈਂਦੇ ਹੋ ਤੁਸੀਂ? ਹਾਂਜੀ, ਹੁਣ ਮੈਂ ਕੰਮ ਕਰ ਲੈਂਦੀ ਹਾਂ। ਅੱਗੇ ਤਾਂ ਮੈਨੂੰ ਥੱਲੇ ਚੀਜ਼ ਚੱਕਣੀ ਵੇਲੇ ਬਹੁਤ ਔਖੀ ਸੀਗੀ। ਕਰੋ ਥੱਲੇ ਨੂੰ ਹੱਥ ਲਾਓ। ਹੁਣ ਤਾਂ ਮੈਂ ਝੁਕ ਵੀ ਨਹੀਂ ਯਾਰ, ਮੇਰੇ ਤੋਂ ਇਹਦਾ ਹੱਥ ਨਹੀਂ ਲੱਗਦਾ ਸੀ ਥੱਲੇ। ਠੀਕ। ਥੱਲੇ ਕੋਈ ਚੀਜ਼ ਚੱਕਣੀ ਮੇਰੇ ਲਈ ਬਹੁਤ ਔਖਾ ਕੰਮ ਸੀਗਾ। ਹੁਣ ਮੈਂ ਬਿਲਕੁਲ ਠੀਕ ਠਾਕ ਹਾਂ। ਤੇ ਤੁਸੀਂ ਮਤਲਬ ਠੀਕ ਹੋ ਗਏ ਹੈ ਨਾ? ਹਾਂਜੀ ਬਿਲਕੁਲ ਜੀ। ਤੁਹਾਡਾ ਇਲਾਜ ਮਤਲਬ ਵਧੀਆ ਹੋ ਗਿਆ ਹੈ? ਹਾਂਜੀ ਬਹੁਤ ਵਧੀਆ ਜੀ ਹੋਇਆ ਮੇਰਾ ਇਲਾਜ। ਤੁਸੀਂ ਖੁਸ਼ ਹੋ ਇਲਾਜ ਤੋਂ? ਹਾਂਜੀ ਹਾਂਜੀ ਬਿਲਕੁਲ। ਇਲਾਜ ਕਰਾਇਆ ਕਿੱਥੋਂ ਸੀਗਾ ਤੁਸੀਂ? ਬ੍ਰਾਹਮ ਮਹਾਰਾਜਾ ਹੋਸਪਿਟਲ ਬ੍ਰਾਹਮ ਤੋਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੱਸੋ ਭਾਜੀ ਤੁਹਾਡੇ ਪੇਸ਼ੈਂਟ ਬਾਰੇ ਕੀ ਵਿਚਾਰ ਆ? ਹਾਂਜੀ ਬਹੁਤ ਵਧੀਆ ਭਾਜੀ, ਬਹੁਤ ਫਰਕ ਪਿਆ। ਜਿੱਦਾਂ ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ, ਹੋਰ ਵੀ ਕਈ ਥਾਂ ਤੋਂ ਲਈ ਦਵਾਈ ਪਰ ਇੰਨਾ ਆਰਾਮ ਨਹੀਂ ਆਇਆ। ਤਾਂ ਸਾਨੂੰ ਤਾਂ ਇੱਥੇ ਚਲੋ ਇੱਕ ਦੋ ਦਿਨਾਂ 'ਚ ਹੀ ਬਹੁਤ ਫਰਕ ਪੈ ਗਿਆ, ਤਾਂ ਹੁਣ ਬਿਲਕੁਲ ਠੀਕ ਠਾਕ ਹੈ। ਹੁਣ ਤੁਹਾਡਾ ਮਰੀਜ਼, ਤੁਸੀਂ ਖੁਸ਼ ਹਾਂ ਇਲਾਜ ਤੋਂ? ਹਾਂਜੀ ਬਹੁਤ ਖੁਸ਼ ਹਾਂ ਜੀ, ਮਤਲਬ ਹੈਪੀ ਹਾਂ। ਕਹਿਣਾ ਚਾਹੁੰਦੇ ਹਾਂ ਜੀ, ਉਹ ਕਿਸੇ ਨੂੰ ਪ੍ਰੋਬਲਮ ਇੱਥੇ ਮਹਾਰਾਜਾ ਹੋਸਪਿਟਲ ਬਰਾਮ ਵਿਖੇ ਬੱਸ ਅੱਡੇ ਦੇ ਵਿੱਚ ਹੀ ਆ ਜੀ, ਅਤੇ ਆਓ ਆਪਣਾ ਇਲਾਜ ਕਰਾਓ। ਬਿਲਕੁਲ ਬਹੁਤ ਵਧੀਆ ਇਲਾਜ ਕਰਦੇ ਨੇ। ਚਲੋ ਠੀਕ ਹੈ ਭਾਅ ਜੀ, ਥੈਂਕ ਯੂ ਭਾਅ ਜੀ। ਠੀਕ ਹੈ, ਸਤਿ ਸ਼੍ਰੀ ਅਕਾਲ ਭੈਣ ਜੀ।